ਮੀਡੀਆ ਦੇ ਕੁਝ ਹਿੱਸੇ ਨੇ ਮੇਰੇ ਇੱਕ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਅਸਲ 'ਚ ਉਹ ਜਿਹੜਾ ਮੀਡੀਆ ਨਾ, ਉਹ ਬਸ ਇਹੀ ਚਾਹੁੰਦਾ ਕਿ ਕੁਛ ਨਾ ਕੁਛ ਮਿਲੇ, ਭਾਵੇਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਰਦੇ ਕਿ ਇਹਦੇ 'ਚ ਕੋਈ ਲੌਜਿਕ ਹੈਗਾ। ਮੈਂ ਇਹ ਕਿਹਾ ਸੀਗਾ ਕਿ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਨੇ, ਆਮ ਆਦਮੀ ਪਾਰਟੀ ਉਹ ਚੋਣ ਨਿਸ਼ਾਨ 'ਤੇ ਨਹੀਂ ਲੱਗਦਾ। ਪੰਜਾਬ 'ਚ ਪੰਚਾਇਤੀ ਚੋਣਾਂ ਜੋ ਕਿ 30 ਦਸੰਬਰ ਨੂੰ ਹੋਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਖੂਬ ਗਰਮਾਉਣ ਲੱਗ ਗਈ ਹੈ। ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਨਹੀਂ ਲੜੇਗੀ, ਪਰ ਹੁਣ ਮਾਨ ਨੇ ਇਸ ਬਿਆਨ 'ਤੇ ਆਪਣੀ ਸਫਾਈ ਦਿੱਤੀ ਹੈ ਕਿ ਮੈਂ ਅਜਿਹਾ ਕਿਹਾ ਹੀ ਨਹੀਂ, ਬਲਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਪੰਚਾਇਤੀ ਚੋਣਾਂ ਬਾਰੇ ਵੀ ਕਈ ਸਲਾਹਾਂ ਵੀ ਦਿੱਤੀਆਂ। ਆਓ ਸੁਣਦਿਆਂ ਮਾਨ ਦਾ ਕੀ ਕਹਿਣਾ। ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ, ਅੱਜ ਮੈਂ ਥੋੜ੍ਹਾ ਜਿਹਾ ਵਿਚਾਰ ਵਟਾਂਦਰਾ ਕਰਨਾ ਪੰਚਾਇਤੀ ਚੋਣਾਂ ਬਾਰੇ, ਜਿਨ੍ਹਾਂ ਦੀ ਕਿ ਤਰੀਕ ਜਿਹੜੀ ਹੈ ਅਨਾਊਂਸ ਹੋ ਚੁੱਕੀ ਹੈ, ਅਤੇ ਮੀਡੀਆ ਦੇ ਕੁਝ ਹਿੱਸੇ ਨੇ ਮੇਰੇ ਇੱਕ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਅਸਲ 'ਚ ਉਹ ਜਿਹੜਾ ਮੀਡੀਆ ਨਾ, ਉਹ ਬਸ ਇਹੀ ਚਾਹੁੰਦਾ ਕਿ ਕੁਛ ਨਾ ਕੁਛ ਮਿਲੇ, ਭਾਵੇਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਰਦੇ ਕਿ ਇਹਦੇ 'ਚ ਕੋਈ ਲੌਜਿਕ ਹੈਗਾ, ਇਹ ਕਾਨੂੰਨੀ ਤੌਰ 'ਤੇ ਠੀਕ ਹੈ ਜੋ ਅਸੀਂ ਕਹਿ ਰਹੇ ਹਾਂ, ਬਸ ਚੱਕ ਦਿੰਦੇ ਨੇ ਉਹ। ਮੈਂ ਇਹ ਕਿਹਾ ਸੀਗਾ ਕਿ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਨੇ, ਆਮ ਆਦਮੀ ਪਾਰਟੀ ਉਹ ਚੋਣ ਨਿਸ਼ਾਨ 'ਤੇ ਨਹੀਂ ਲੜੂਗੀ। ਵੈਸੇ ਸਾਡੇ ਜਿਹੜੇ ਵਰਕਰ ਨੇ, ਵਲੰਟੀਅਰ ਨੇ, ਅਹੁਦੇਦਾਰ ਨੇ, ਉਹ ਲੜ ਸਕਦੇ ਚੋਣਾਂ। ਔਰ ਮੈਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਜਗਪਾਲ ਸੰਧੂ ਜੀ ਨਾਲ ਗੱਲ ਕੀਤੀ ਹੈ, ਡਿਟੇਲ ਦੇ ਵਿੱਚ ਉਹਨਾਂ ਤੋਂ ਜਾਣਕਾਰੀ ਲਈ ਹੈ। ਉਹ ਕਹਿੰਦੇ ਵੀ ਹੁਣ ਤੱਕ ਹਿਸਟਰੀ ਦੇ ਵਿੱਚ ਕੋਈ ਵੀ ਪਾਰਟੀ ਚੋਣ ਨਿਸ਼ਾਨ 'ਤੇ ਸਰਪੰਚੀ ਦੀਆਂ ਚੋਣਾਂ ਨਹੀਂ ਲੜੀ, ਪੰਚਾਇਤੀ ਚੋਣਾਂ ਨਹੀਂ ਲੜੀ। ਆਹੀ ਤਾਂ ਮੈਂ ਕਿਹਾ ਸੀ ਉਹਨਾਂ ਨੂੰ, ਕਿਉਂਕਿ ਮੈਂ ਚਾਹੁੰਦਾ, ਮੈਂ ਫੇਸਬੁੱਕ ਦੇ ਲਾਈਵ ਦੇ ਜ਼ਰੀਏ ਤੁਹਾਨੂੰ ਸਾਰਿਆਂ ਨੂੰ, ਪੰਜਾਬ ਦੇ ਵਿੱਚ ਜਿੱਥੇ ਵੀ ਬੈਠੇ ਹੋ, ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਚੁਣੋ, ਨਾ ਕਿ ਕਿਸੇ ਪਾਰਟੀ ਦਾ। ਸਰਪੰਚ ਪਿੰਡ ਦਾ ਹੋਣਾ ਚਾਹੀਦਾ, ਨਾ ਕਿਸੇ ਪਾਰਟੀ ਦਾ, ਕਾਂਗਰਸ ਦਾ ਜਾਂ ਆਪ ਦਾ ਜਾਂ ਅਕਾਲੀ ਦਲ ਦਾ। ਕਿਉਂਕਿ ਜਿਹੜੀ ਸਰਪੰਚ ਹੈ ਉਹਨੇ ਪਿੰਡ ਦੀ ਭਲਾਈ ਕਰਨੀ ਹੁੰਦੀ ਹੈ, ਮੈਂਬਰਾਂ ਨੇ ਮਿਲ ਕੇ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੁੰਦਾ। ਜਦੋਂ ਸਰਪੰਚ ਪੱਖਪਾਤੀ ਹੋ ਜਾਏ ਕਿਸੇ ਪਾਰਟੀ ਦਾ, ਤਾਂ ਫਿਰ ਦਿੱਕਤਾਂ ਆਉਂਦੀਆਂ ਨੇ। ਸਾਨੂੰ ਬਹੁਤ ਸਾਰੀਆਂ ਦਿੱਕਤਾਂ ਸਾਹਮਣਾ ਕਰਨਾ ਪਿਆ। ਜਦੋਂ ਤੋਂ ਮੈਂ MP ਬਣਿਆ, ਬਹੁਤ ਸਾਰੇ ਮੁੰਡੇ ਮੇਰੇ ਕੋਲ ਆਉਂਦੇ ਆ, ਜਿੰਮ ਦੇ ਦਿਉ ਜੀ, ਪਾਰਕ ਬਣਾਉਣਾ ਜੀ, ਅਤੇ ਸਾਡੇ ਪਿੰਡ ਜਿਹੜੀਆਂ ਇੰਟਰਲੋਕ ਟਾਈਲਾਂ ਲਾਉਣੀਆਂ ਨੇ ਜੀ, ਸੋਲਰ ਲਾਈਟਾਂ ਜੀ। ਮੈਂ ਕਹਿੰਦਾ ਜੀ ਪੰਚਾਇਤ ਦਾ ਮਤਾ ਲਿਆ ਦਿਉ, ਕਿਉਂਕਿ ਪੰਚਾਇਤ ਦੇ ਮਤੇ ਬਿਨਾਂ MP ਫੰਡ ਨਹੀਂ ਦੇ ਸਕਦਾ। ਉਹ ਮੁੰਡੇ ਇੱਕਦਮ ਉਹਨਾਂ ਦਾ ਮੂੰਹ ਉੱਡ ਜਾਂਦਾ, ਨਿਰਾਸ਼ ਹੋ ਜਾਂਦੇ ਨੇ, ਸਰ ਕੀ ਕਰੀਏ ਜੀ, ਪੰਚਾਇਤ ਤਾਂ ਦੂਜੇ ਪਾਸੇ ਆ ਜੀ, ਮਤਾ ਨਹੀਂ ਪਾਉਂਦੇ ਜੀ ਉਹ। ਸੋ ਉਹ ਆਪਦੇ ਜਿਹੜੇ ਪਾਰਟੀਆਂ ਦੇ ਸਰਪੰਚ ਨੇ ਨਾ, ਉਹ ਆਪਦੇ ਜਿਹੜੇ ਬੌਸ ਨੇ ਨਾ, ਉਹਨਾਂ ਨੂੰ ਖੁਸ਼ ਕਰਨ ਲਈ ਮਤਲਬ ਉਹ ਇਸ ਤਰ੍ਹਾਂ ਕਰਨ ਲੱਗ ਜਾਂਦੇ ਨੇ ਕਿ ਪਿੰਡ 'ਚ ਭਾਵੇਂ ਕੋਈ ਗ੍ਰਾਂਟ ਲੱਗੇ ਨਾ ਲੱਗੇ, ਪਰ ਮੇਰਾ ਬੌਸ ਨਾ ਰੋਸੇ, ਕਿ ਭਗਵੰਤ ਮਾਨ ਦਾ ਪੈਸਾ ਨਹੀਂ ਲੱਗਣ ਦੇਣਾ। ਮੈਂ ਕਿਹਾ ਪੈਸਾ ਭਗਵੰਤ ਮਾਨ ਦਾ ਥੋੜ੍ਹੀ ਹੈ, ਤੁਹਾਡਾ ਪੈਸਾ, ਤੁਸੀਂ ਟੈਕਸ ਦਿੰਦੇ ਹੋ, ਸਿੱਖਾਂ ਦੀ ਡੱਬੀ ਵੀ ਖਰੀਦਦੇ ਹੋ, ਉਹ 'ਚ ਵੀ ਟੈਕਸ ਲੱਗਦਾ, ਤੁਸੀਂ ਦਿੰਦੇ ਹੋ ਪੈਟਰੋਲ ਡੀਜ਼ਲ ਪਾਉਂਦੇ ਹੋ, ਟੈਕਸ ਦਿੰਦੇ ਹਾਂ, ਹਰ ਗੱਲ 'ਤੇ ਟੈਕਸ ਦੇ ਕੇ ਆਉਂਦੇ ਆਪਾਂ, ਉਹੀ ਪੈਸਾ ਤੁਹਾਨੂੰ ਸਰਕਾਰ ਵਾਪਸ ਦਿੰਦੀ ਹੈ। ਸੋ ਮੈਨੂੰ ਬਹੁਤ ਸਾਰੇ ਸਰਪੰਚਾਂ ਨਾਲ ਲੜਨਾ ਵੀ ਪਿਆ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਖਾਸ ਤੌਰ 'ਤੇ ਯੂਥ ਨੂੰ, ਕਿ ਤੁਸੀਂ ਅੱਗੇ ਆਓ, ਤੁਸੀਂ ਸਰਪੰਚ ਬਣੋ, ਤੁਸੀਂ ਮੈਂਬਰ ਬਣੋ, ਤੁਸੀਂ ਪੰਚਾਇਤ ਦਾ ਹਿੱਸਾ ਬਣੋ, ਪਿੰਡਾਂ ਦੇ ਮਾਲਕ ਬਣੋ, ਕਿਉਂਕਿ ਤੁਹਾਡੇ ਕੋਲ ਤੁਹਾਡੇ 'ਚ ਜੋਸ਼ ਹੈ, ਤੁਸੀਂ ਪਿੰਡ ਨੂੰ ਤਰੱਕੀਆਂ ਦੇ ਰਾਹਾਂ 'ਤੇ ਲੈ ਕੇ ਜਾਣਾ ਚਾਹੁੰਦੇ ਹੋ। ਬਹੁਤ ਸਾਰੇ ਪਿੰਡਾਂ 'ਚ ਬਿਨਾਂ ਪੰਚਾਇਤਾਂ ਤੋਂ ਵੀ ਯੂਥ ਕਲੱਬਾਂ ਨੇ ਪਿੰਡਾਂ ਦੀਆਂ ਨੁਹਾਰਾਂ ਬਦਲ ਕੇ ਰੱਖਤੀਆਂ। ਚੱਕਰ ਹੋ ਗਿਆ, ਚੰਨਣਵਾਲ ਹੋ ਗਿਆ, ਬਮਾਲ ਹੋ ਗਿਆ, ਬਹੁਤ ਸਾਰੇ ਪਿੰਡ ਨੇ ਜਿਹੜੇ ਤਰੱਕੀ ਕਰ ਗਏ ਇਸ ਕਰਕੇ, ਕਿਉਂਕਿ ਉੱਥੇ ਯੂਥ ਨੇ ਪੰਚਾਇਤ ਨੂੰ ਕਹਿਤਾ ਕਿ ਸਾਡੇ ਨਾਲ ਰਲ ਕੇ ਚੱਲੋ, ਅਸੀਂ ਤੁਹਾਨੂੰ ਬਦਲ ਕੇ ਦਿਖਾਉਂਦੇ ਪਿੰਡ ਦੀ ਨੁਹਾਰ। ਸਭ ਕੁਝ ਹੋ ਸਕਦਾ। ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਆਪ ਅੱਗੇ ਆਓ, ਚੰਗੇ ਬੰਦਿਆਂ ਨੂੰ ਚੁਣ ਲਓ, ਹਰ ਰੋਜ਼ ਤੁਸੀਂ ਇੱਕ ਦੂਜੇ ਦੇ ਮੱਥੇ ਲੱਗਦੇ ਹੋ ਪਿੰਡ 'ਚ। ਜੇ ਤੁਸੀਂ ਸਰਬਸੰਮਤੀ ਕਰ ਲਓ ਤਾਂ ਇਹਦੇ ਵਰਗੀ ਕੋਈ ਰੀਸ ਹੀ ਨਹੀਂ। 5 ਲੱਖ ਰੁਪਈਆ ਹਰ ਸਾਲ ਦਾ MP ਲੈਡ 'ਚੋਂ ਜਿਹੜੀ ਪੰਚਾਇਤ ਸਰਬਸੰਮਤੀ ਕਰੂਗੀ, MP ਫੰਡ 'ਚੋਂ 5 ਲੱਖ ਰੁਪਏ ਇਨਾਮ ਦਾ ਅਨਾਊਂਸ ਕਰਤਾ ਜੀ ਮੈਂ। 5 ਲੱਖ ਰੁਪਇਆ ਸਾਧੂ ਸਿੰਘ ਜੀ, ਪ੍ਰੋਫੈਸਰ ਸਾਧੂ ਸਿੰਘ ਜੀ ਨੇ, 2 ਲੱਖ ਰੁਪਇਆ ਗੌਰਮੈਂਟ ਨੇ ਕਰਤਾ। ਮੇਰੇ ਕੋਲ 2 ਜ਼ਿਲ੍ਹੇ ਨੇ, ਸੰਗਰੂਰ ਅਤੇ ਬਰਨਾਲਾ, ਲਗਭਗ 750-800 ਪਿੰਡ ਨੇ, ਪੰਚਾਇਤਾਂ ਨੇ। ਤੁਸੀਂ ਜਿਹੜੀ ਹੈ ਇਲੈਕਸ਼ਨ ਲੜੋਗੇ, ਇੱਕ ਦੂਜੇ ਨਾਲ ਬੈਰ ਪਊਗਾ,
57 ਦੇ 26 ਦੇ ਪਰਚੇ ਕੱਟੇ ਜਾਣਗੇ, ਇੱਕ ਦੂਜੇ ਦੇ ਘਰਾਂ ਮੂਹਰੇ ਲਲਕਾਰਾ ਮਾਰ ਕੇ ਲੰਘੋਗੇ, ਫਿਰ ਅਗਲੇ ਦਿਨ ਦੂਜੀ ਧਿਰ ਲਲਕਾਰਾ ਮਾਰ ਕੇ ਜਾਊਗੀ, ਬੋਲਣੋਂ ਹਟੋਗੇ, ਦੁਸ਼ਮਣੀਆਂ ਪੈਣਗੀਆਂ, ਬਰਾਤਾਂ ਚੜ੍ਹਨੋਂ ਹਟ ਜਾਓਗੇ, ਭੋਗਾਂ 'ਤੇ ਜਾਣੋਂ ਹਟ ਜਾਓਗੇ, 25-25, 30-30 ਲੱਖ ਰੁਪਇਆ ਦੋਨੇ ਧਿਰਾਂ ਦਾ ਲੱਗ ਜਾਊਗਾ, ਕੀ ਖੱਟੋਗੇ ਜੋ? ਫਿਰ ਜਦੋਂ ਗ੍ਰਾਂਟ ਆਊਗੀ, ਫਿਰ ਪਹਿਲਾਂ ਤਾਂ ਉਹ ਆਪਦੇ 25-30 ਲੱਖ ਹੀ ਪੂਰਾ ਕਰੂਗਾ ਜਿਹੜਾ ਸਰਪੰਚ ਬਣੂਗਾ। ਸੋ ਮੈਂ ਇਹੀ ਕਹਿਣਾ, ਚੰਗੇ ਮੁੰਡੇ ਅੱਗੇ ਹੁਣ ਮੈਂ 2-3 ਮੇਰੇ ਕੋਲ ਇਹੋ ਜਿਹੇ ਉਦਾਹਰਨਾਂ ਆਈਆਂ ਨੇ। 22 ਸਾਲ ਦਾ ਮੁੰਡਾ ਇੱਕ, ਉਹ ਕਹਿੰਦਾ ਜੀ ਮੇਰੇ 'ਤੇ ਸਰਬਸੰਮਤੀ ਹੋਣ ਲੱਗੀ ਹੈ ਪਿੰਡ 'ਚ। ਮੈਂ ਕਿਹਾ ਮੁਬਾਰਕਾਂ, ਜਿਹੜੀ ਮਰਜ਼ੀ ਵੋਟਾਂ ਵੇਲੇ ਜਿਹੜੀ ਮਰਜ਼ੀ ਪਾਰਟੀ ਨਾਲ ਚਲੇ ਜਾਓ, ਇਹ ਤੁਹਾਡਾ ਡੈਮੋਕਰੈਟਿਕ ਰਾਈਟ ਹੈ, ਪਰ ਜਦੋਂ ਤੁਸੀਂ ਪਿੰਡ ਵਾਸਤੇ ਹੋ ਫਿਰ ਸਰਪੰਚ ਪਿੰਡ ਦਾ। ਇਹ ਨਹੀਂ ਕਹਿ ਸਕਦੇ ਹੋਵੇ ਵੀ ਮੈਂ ਸਰਪੰਚ ਹਾਂ ਜੀ ਇਸ ਪਿੰਡ ਦਾ, ਸਾਰਾ ਪਿੰਡ ਤੁਹਾਡੇ ਨਾਲ ਆ ਗਿਆ। ਉਹ ਜਿਹੜੇ ਬਾਕੀ ਲੋਕ ਨੇ ਉਹਨਾਂ ਦਾ ਵੀ ਡੈਮੋਕਰੈਟਿਕ ਰਾਈਟ ਹੈ, ਉਹ ਜਿੱਧਰ ਮਰਜ਼ੀ ਚਲੇ ਜਾਣ। ਮੈਂਬਰਾਂ ਦਾ ਵੀ ਹੱਕ ਹੈ, ਉਹ ਜਿਹੜੀ ਮਰਜ਼ੀ ਪਾਰਟੀ ਨਾਲ ਚਲੇ ਜਾਣ। ਹਾਂ, ਜਦੋਂ ਇਲੈਕਸ਼ਨਾਂ ਮੁੱਕ ਗਈਆਂ ਫਿਰ ਸਾਰੇ ਇਕੱਠੇ ਹੋ ਜਾਓ ਪਿੰਡ ਵਾਸਤੇ। ਮੈਂ ਇਹੀ ਮੈਸੇਜ ਦੇਣਾ ਚਾਹੁੰਦਾ, ਇਹ ਜਿਹੜੀਆਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਆਮ ਆਦਮੀ ਪਾਰਟੀ ਲੜ ਨਹੀਂ ਰਹੀ, ਕੋਈ ਵੀ ਪਾਰਟੀ ਨਹੀਂ ਲੜ ਰਹੀ ਅਸਲ 'ਚ। ਹਾਂ, ਉਹਨਾਂ ਪਾਰਟੀਆਂ ਦੇ ਵਰਕਰ, ਉਹਨਾਂ ਦੇ ਹਮਦਰਦ, ਵਲੰਟੀਅਰ ਲੜ ਸਕਦੇ ਨੇ। ਆਮ ਆਦਮੀ ਪਾਰਟੀ ਦੇ ਜਿੰਨੇ ਵਲੰਟੀਅਰ ਨੇ, ਜਿੰਨੇ ਵਰਕਰ ਨੇ, ਮੈਂ ਉਹਨਾਂ ਨੂੰ ਕਹਿਣਾ ਕਿ ਜੇ ਤੁਹਾਨੂੰ ਕੋਈ ਹੋਰ ਵਧੀਆ ਲੱਗਦਾ ਪਿੰਡ ਦੇ ਵਿੱਚ, ਭਾਵੇਂ ਕਿਹੜੀ ਜਿਹੜੀ ਮਰਜ਼ੀ ਪਾਰਟੀ ਦਾ, ਆਜ਼ਾਦ ਚੋਣ ਨਿਸ਼ਾਨ 'ਤੇ ਲੜਾ ਕੇ ਉਹਨਾਂ ਨੂੰ ਜਿਤਾਓ ਕਿ ਹਾਂ ਜੀ ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਅਸੀਂ ਸਾਥ ਦੇਵਾਂਗੇ ਪਿੰਡ ਵਾਸਤੇ। ਜਦੋਂ MP ਦੀਆਂ ਜਾਂ MLA ਦੀਆਂ ਇਲੈਕਸ਼ਨਾਂ ਹੋਣਗੀਆਂ ਉਦੋਂ ਜਿੱਧਰ ਮਰਜ਼ੀ ਚਲੇ ਜਾਇਓ। ਸੋ ਮੈਂ ਆਫੀਸ਼ਲੀ ਇਲੈਕਸ਼ਨ ਕਮਿਸ਼ਨਰ ਤੋਂ ਇਹ ਪੁੱਛ ਕੇ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਹੁਣ ਤੱਕ ਹਿਸਟਰੀ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਪੰਚਾਇਤ ਦੀਆਂ ਪੰਜਾਬ ਦੇ ਵਿੱਚ, ਉਦੋਂ ਤੋਂ ਲੈ ਕੇ ਅੱਜ ਤੱਕ ਕਦੇ ਵੀ ਕੋਈ ਪਾਰਟੀ ਆਪਦੇ ਚੋਣ ਨਿਸ਼ਾਨ 'ਤੇ ਸਰਪੰਚੀ ਦੀਆਂ ਪੰਚਾਇਤੀ ਦੀਆਂ ਚੋਣਾਂ ਨਹੀਂ ਲੜੀ। ਬਿਲਕੁਲ ਆਹੀ ਗੱਲ ਮੈਂ ਕਹੀ ਸੀ, ਉਹਨਾਂ ਨੇ ਬਣਾ ਲਿਆ ਉਹ PTC ਵਾਲੇ, ਪੰਚਾਇਤੀ ਚੋਣਾਂ ਨਹੀਂ ਲੜੂਗੀ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਲੜੂਗੀ। ਉਹ ਤਾਂ ਚਾਹੁੰਦੇ ਨੇ ਕਿ ਇਹ ਨਿਕਲ ਜਾਣ ਵਿੱਚੋਂ, ਪਰ ਨਹੀਂ ਜੀ, ਪੰਚਾਇਤੀ ਚੋਣਾਂ ਨੇ। ਮੈਂ ਚਾਹੁੰਦਾ ਪਿੰਡਾਂ 'ਚ ਧੜੇਬੰਦੀ ਖਤਮ ਹੋਵੇ, ਧੜੇਬੰਦੀਆਂ ਨੇ ਪਿੰਡ ਖਤਮ ਕਰਤੇ, ਜਿਹੜੇ ਪਿੰਡਾਂ 'ਚ ਇੱਕ ਹੈ ਉਹ ਪਿੰਡ ਕਾਮਯਾਬ ਰਹਿਣਗੇ, ਅਤੇ ਕਾਮਯਾਬ ਹੋਏ ਹੋਏ ਨੇ ਔਰ ਰਹਿਣਗੇ ਵੀ। ਸਾਡੇ ਵੱਲੋਂ ਹਰ ਸੰਭਵ ਤੁਹਾਨੂੰ ਜਿਹੜੀ ਹੈ ਹੈਲਪ ਮਿਲੂਗੀ, ਜਿੰਨਾ ਕੁ ਯੋਗੇ ਅਸੀਂ ਹੈਗੇ ਹਾਂ, ਜਿੰਨੀ ਕੁ ਸਾਨੂੰ ਅਧਿਕਾਰ ਹੈ, ਜਿੰਨਾ ਕੁ ਸਾਡਾ ਅਧਿਕਾਰ ਖੇਤਰ ਹੈ, ਅਸੀਂ ਤੁਹਾਡੀ ਹੈਲਪ ਕਰਾਂਗੇ। ਮੈਂ ਅੱਜ ਵੀ ਮੈਂ ਇਹ ਨਹੀਂ ਪੁੱਛਦਾ ਕਿ ਕਿਹੜੇ ਪਿੰਡ ਨੇ ਕਿੰਨੀਆਂ ਵੋਟਾਂ ਪਾਈਆਂ ਸੀ, ਮੈਂ ਦੇਖਦਾ ਪ੍ਰੋਜੈਕਟ ਕਿਹੜਾ ਹੈ। ਮੈਂ ਨਹੀਂ ਦੇਖਦਾ ਕਿ ਕਿਹੜੇ ਪਿੰਡ ਨੇ ਕਿੰਨੀਆਂ ਵੋਟਾਂ ਪਾਈਆਂ ਸੀ, ਮੈਂ ਇਸ ਤਰ੍ਹਾਂ ਦੀ ਤੰਗ ਦਿਲ ਦੀ ਰਾਜਨੀਤੀ ਨਹੀਂ ਕਰਦਾ ਕਿ ਇਸ ਪਿੰਡ ਨੇ ਘੱਟ ਵੋਟਾਂ ਪਾਈਆਂ ਨੇ, ਚਲੋ ਇਸ ਪਿੰਡ ਨੂੰ ਗ੍ਰਾਂਟ ਬੰਦ ਕਰ ਦਿਉ, ਜਾਂ ਇਸ ਗਲੀ 'ਚੋਂ ਜਿਵੇਂ ਇਹ ਕਰਦੇ ਆ, ਇਸ ਗਲੀ 'ਚ ਝਾੜੂ ਵਾਲਿਆਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ, 2 ਪੁਲੀਆਂ ਹੀ ਪੱਟ ਦਿਉ ਉਸ ਗਲੀ ਦੀਆਂ। ਇਹ ਤਾਂ ਬਹੁਤ ਛੋਟੀ ਰਾਜਨੀਤੀ ਹੈ। ਸੋ ਸਾਰਿਆਂ ਨੇ ਕਾਮਯਾਬ ਹੋਣਾ, ਕਿਸੇ ਇੱਕ ਨੂੰ ਫੇਲ ਕਰਕੇ ਆਪ ਕਾਮਯਾਬ ਹੋਣ ਦਾ ਕੋਈ ਫਾਇਦਾ ਨਹੀਂ, ਸਮਾਜ ਕਾਮਯਾਬ ਤਾਂ ਹੋਊਗਾ। ਇਹ ਨੀਂਹ ਦੇ ਵਿੱਚ ਇੱਟ ਵਧੀਆ ਲੱਗੂਗੀ। ਜਿਹੜੀ ਪੰਚਾਇਤੀ ਚੋਣਾਂ ਨੀਂਹ, ਲੋਕਤੰਤਰ ਦੀ ਨੀਂਹ ਹੈ, ਨੀਂਹ ਬੇਸ। ਜਦੋਂ ਆਪਾਂ ਭੱਠੇ ਵਾਲੇ ਕੋਲ ਜਾਂਦੇ ਹਾਂ, ਆਪਣਾ ਘਰ ਪਾਉਣਾ ਹੁੰਦਾ ਜਾਂ ਕੋਈ ਬਿਲਡਿੰਗ ਆਪਾਂ ਨੇ ਉਸਾਰਨੀ ਹੈ, ਤਾਂ ਭੱਠੇ ਵਾਲੇ ਨੂੰ ਜਾ ਕੇ ਕਹਿੰਦੇ ਹਾਂ ਭਾਵੇਂ 4 ਰੁਪਈਏ ਵੱਧ ਲਾ ਲਈ ਰੇਟ, ਪਰ ਓਰਿਜਿਨਲ ਇੱਟ ਦੇਈਂ, ਵਧੀਆ ਪੱਕੀ ਇੱਟ ਦੇਈਂ, ਕਿਉਂਕਿ ਨੀਂਹ 'ਚ ਲਾਉਣੀ ਹੈ। ਦੋਮ ਅਤੇ ਸੋਮ ਇੱਟ ਨਾ ਦੇ ਦੀ, ਕੱਚੀ ਪਿੱਲੀ ਇੱਟ ਨਾ ਦੇ ਦੀ। ਸੋ ਇਸ ਕਰਕੇ ਆਪਾਂ ਕੱਚੀਆਂ ਪਿੱਲੀਆਂ ਇੱਟਾਂ ਜੇ ਨੀਂਹ 'ਚ ਲਾ ਲਾਂਗੇ, ਤਾਂ ਫਿਰ ਜਿਹੜੀ ਉਹ ਨੀਂਹ ਜ਼ਿਆਦਾ ਦੇਰ, ਉਹ ਬਿਲਡਿੰਗ ਜਿਹੜੀ ਹੈ ਜਿਹਦੀ ਨੀਂਹ ਦੇ ਵਿੱਚ ਹੀ ਕੱਚੀਆਂ ਪਿੱਲੀਆਂ ਇੱਟਾਂ ਲੱਗੀਆਂ ਹੋਈਆਂ ਨੇ, ਉਹ ਜ਼ਿਆਦਾ ਦੇਰ ਚੱਲ ਨਹੀਂ ਸਕਦੀ ਫਿਰ। ਸੋ ਮੇਰੀ ਤਾਂ ਇਹੀ ਦੁਆ ਹੈ, ਪੰਚਾਇਤੀ ਚੋਣਾਂ ਜਿਹੜੀਆਂ ਨੇ ਸੁੱਖ ਸ਼ਾਂਤੀ ਨਾਲ, ਬਿਨਾਂ ਕਿਸੇ ਹਿੰਸਾ ਤੋਂ, ਬਿਨਾਂ ਕਿਸੇ ਝਗੜਿਆਂ ਤੋਂ ਨਿਬੜ ਜਾਣ, ਔਰ ਪੰਜਾਬ ਨੂੰ ਨਵੇਂ ਸਰਪੰਚ, ਵਧੀਆ ਚੰਗੇ ਮੁੰਡੇ ਕੁੜੀਆਂ, ਪੜ੍ਹੇ ਲਿਖੇ ਸਾਡੇ ਸਾਨੂੰ ਸਰਪੰਚ ਮਿਲਣ, ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਪਿੰਡਾਂ ਦੀ ਹਾਲਤ ਹੈ ਵੱਧ ਤੋਂ ਬਦਤਰ ਹੋਈ ਹੋਈ, ਉਹਨੂੰ ਮੋੜਾ ਪਾ ਸਕੀਏ। ਇੱਕ ਵਾਰੀ ਮੋੜਾ ਤਾਂ ਪਾਈਏ ਨਾ, ਹਜੇ ਤਾਂ ਉੱਧਰ ਹੀ ਜਾ ਰਹੇ ਹਾਂ ਜਿੱਧਰ ਨੂੰ ਹਾਲਤ ਖਰਾਬ ਹੈ। ਇੱਕ ਵਾਰੀ ਰੋਕੀਏ, ਫਿਰ ਪਿੱਛੇ ਮੁੜੀਏ, ਮੁੜਿਆਵਾਂਗੇ। ਪੰਜਾਬ ਕਈ ਵਾਰੀ ਡਿੱਗਿਆ, ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਨਾਲ, ਪੰਜਾਬ ਦੇ ਵਿੱਚ ਸ਼ਕਤੀ ਹੈਗੀ ਹੈ। ਇੰਨੀ ਕੁ ਮੇਰੀ ਬੇਨਤੀ, ਅੱਜ ਨਹੀਂ ਕਬੂਲ ਕਰਿਓ। ਇਨਕਲਾਬ ਜ਼ਿੰਦਾਬਾਦ। ਦੇਖਿਆ ਜਾ ਰਿਹਾ ਕਿ ਭਗਵੰਤ ਮਾਨ ਪਿਛਲੇ ਕੁਝ ਕੁ ਦਿਨਾਂ ਤੋਂ ਕਾਫੀ ਚਰਚਾ 'ਚ ਚੱਲ ਰਹੇ ਨੇ, ਉਹ ਕਈ ਮੁੱਦਿਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਤੇ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ, ਜਿਸ ਦੀ ਜਨਤਾ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ।